ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਰੀਦਕੋਟ ਦੇ ਨਵੇਂ ਬਣੇ MP ਦੀ ਇੱਕ ਸਟੇਟਮੈਂਟ ਆਈ ਹੈ ਸਰਬਜੀਤ ਸਿੰਘ ਖਾਲਸਾ ਦੀ। ਪੱਤਰਕਾਰ ਸਵਾਲ ਕਰਦੇ ਨੇ ਕਿ ਅੰਮ੍ਰਿਤਪਾਲ ਦੇ ਭਰਾ ਨੂੰ ਗ੍ਰਿਫਤਾਰ ਕੀਤਾ ਹੈ ਹਰਬਤ ਸਿੰਘ ਨੂੰ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕਹਿੰਦਾ ਜੀ, ਪ੍ਰਸ਼ਾਸਨ ਧੱਕਾ ਕਰਦਾ ਹੈ, ਸਰਕਾਰ ਧੱਕਾ ਕਰਦੀ ਹੈ, ਹਾਲੇ ਕੋਈ ਉਹਦਾ ਕੋਈ ਮੈਡੀਕਲ ਟੈਸਟ ਨਹੀਂ ਹੋਇਆ, ਅਤੇ ਜੇ ਹੋਊਗਾ ਤਾਂ ਉਹ ਨੈਗੇਟਿਵ ਆਊਗਾ। ਇਹੋ ਜਿਹੀਆਂ ਗੱਲਾਂ ਉਹਨੇ ਕੀਤੀਆਂ ਨੇ। ਮੈਂ ਇੱਕ ਬੇਨਤੀ ਕਰਨੀ ਆ, ਸਾਡੇ ਖਾਲਸਾ ਵੀ ਨਸ਼ਾ ਕਰਦੇ ਆ, ਇਹ 'ਚ ਕੋਈ ਸ਼ੱਕ ਨਹੀਂ। ਉਹਦੀਆਂ ਵੀਡੀਓ ਤੁਸੀਂ ਸਪੀਚਾਂ ਦੇਖੋ, ਕੱਢ ਕੇ ਕਿੱਦਾਂ ਜਵਾਨ ਲੜਖੜਾ ਰਹੀ ਹੈ ਔਰ ਕਿੱਦਾਂ ਉਹਦਾ ਨਸ਼ੇੜੀ ਚਿਹਰਾ। ਇਹਦਾ ਵੀ ਮੈਡੀਕਲ ਹੋਣਾ ਚਾਹੀਦਾ, ਇਹਦਾ ਵੀ ਜਿਹੜਾ ਟੈਸਟ ਹੈ ਨਾ ਉਹ ਪੋਜ਼ਿਟਿਵ ਆਉਣਾ, ਕਿਉਂਕਿ ਨਸ਼ਾ ਕਰਦਾ। ਫਰੀਦਕੋਟ ਦੇ ਜਿਹੜੇ ਲੋਕ ਨੇ ਉਹ ਵੀ ਇਹ ਤਕਰੀਬਨ ਕਹਿ ਰਹੇ ਨੇ ਕਿ ਸਰਬਜੀਤ ਭੁੱਕੀ ਖਾਂਦਾ, ਫੀਮ ਖਾਂਦਾ, ਹੋਰ ਵੀ ਕੋਈ ਨਸ਼ਾ ਕਰਦਾ ਹੋ। ਮੈਂ ਇੱਕ ਬੇਨਤੀ ਕਰਨੀ ਹੈ, ਜਿਹੜੇ ਬੰਦੇ ਇੱਕ ਸਰਕਾਰ ਦੇ ਨੁਮਾਇੰਦੇ ਬਣ ਜਾਂਦੇ ਨੇ, MP ਦੀ ਕੁਰਸੀ ਕਿਤੇ ਮਾੜੀ ਮੋਟੀ ਕੁਰਸੀ ਨਹੀਂ ਹੈਗੀ, ਬਹੁਤ ਵੱਡਾ ਅਹੁਦਾ, ਇੱਕ ਜ਼ਿੰਮੇਵਾਰ ਬੰਦਾ ਬਣ ਜਾਂਦਾ, ਸੈਂਟਰ ਗੌਰਮੈਂਟ ਦਾ ਉਹ ਹਿੱਸਾ ਬਣ ਜਾਂਦਾ, ਅਤੇ ਜੇ ਉਹ ਬੰਦਾ ਇਹਨਾਂ ਗੱਲਾਂ 'ਤੇ ਯਕੀਨ ਨਹੀਂ ਕਰਦਾ, ਮੈਡੀਕਲ 'ਤੇ ਯਕੀਨ ਨਹੀਂ ਕਰਦਾ, ਪ੍ਰਸ਼ਾਸਨ 'ਤੇ ਯਕੀਨ ਨਹੀਂ ਕਰਦਾ, ਕੋਰਟ 'ਤੇ, ਕਚਹਿਰੀ 'ਤੇ, ਅਦਾਲਤ 'ਤੇ ਯਕੀਨ ਨਹੀਂ ਕਰਦਾ, ਫਿਰ ਯਕੀਨ ਕਿਤੇ ਕਰਨਾ? ਮੈਂ ਇੱਕ ਬੇਨਤੀ ਕਰਨੀ ਹੈ, ਜਿਹੜੇ ਸਾਡੇ ਪੰਜਾਬ ਦੇ ਲੋਕ ਨੇ, ਇਹਨਾਂ ਲੋਕਾਂ ਨੇ ਬਹੁਤ ਜ਼ਿਆਦਾ ਸੰਤਾਪ ਆਪਣੇ ਪਿੰਡੇ 'ਤੇ ਅੱਤਵਾਦ ਦਾ ਜਾਂ ਜੂਨ 84 ਦਾ ਹੰਢਾਇਆ ਹੋਇਆ। ਕੁਝ ਲੋਕ ਉਹ ਨੇ ਜਿਹੜੇ ਇਹਨਾਂ ਦੀ ਹੈਲਪ ਕਰਦੇ ਨੇ, ਜਿਵੇਂ ਸਰਬਜੀਤ ਨੂੰ ਵੋਟਾਂ ਪਾ ਕੇ ਜਿਤਾਇਆ, MP ਬਣਾ ਤਾ, ਬਹੁਤ ਵੱਡੀ ਤਾਦਾਦ ਦੇ ਵਿੱਚ ਫੰਡਿੰਗ ਇਹਦੇ ਕੋਲ ਇਕੱਠੀ ਹੋਈ, ਫੋਰਨ ਕੰਟਰੀ ਦੇ ਲੋਕਾਂ ਨੇ, NRI ਭਰਾਵਾਂ ਨੇ ਗੱਡੀ ਤੱਕ ਲੈ ਕੇ ਦਿੱਤੀ। ਮੈਂ ਇੱਕ ਬੇਨਤੀ ਕਰਨੀ ਹੈ ਕਿ ਇਹੋ ਜਿਹੇ ਲੋਕ ਇੰਨਾ ਮਾਣ ਸਨਮਾਨ ਲੈ ਕੇ ਜੇ ਕਿਤੇ ਅਕਲ ਦੇ ਨਾਲ ਗੱਲ ਨਹੀਂ ਕਰਨਗੇ ਔਰ ਕਾਨੂੰਨ ਦੀ ਗੱਲ ਨਹੀਂ ਕਰਨਗੇ, ਫਿਰ ਅਸੀਂ ਕਿਤੇ ਆਸ ਰੱਖ ਸਕਦੇ ਹਾਂ ਕਿ ਉਹ ਕਿਹੜਾ ਲੀਡਰ ਹੈ, ਕਿਹੜਾ ਉਮੀਦਵਾਰ ਹੈ, ਕੈਂਡੀਡੇਟ ਹੈ ਜਿਹਨੂੰ ਜਿਤਾਈਏ ਅਸੀਂ ਸੈਂਟਰ ਦੇ ਵਿੱਚ, ਉਹਨੂੰ MP ਬਣਾ ਕੇ ਭੇਜੀਏ, ਉਹ ਕਿਹੜਾ ਹੈ? ਜਦੋਂ ਇਹਦੀ ਮੈਂ ਗੱਲਬਾਤ ਸੁਣੀ, ਇਹ ਪੱਤਰਕਾਰ ਇੱਕ ਕੁੜੀ ਦੇ ਨਾਲ ਗੱਲ ਕਰਦਾ, ਉਹਨੂੰ ਕਹਿੰਦਾ ਜੀ, ਅੰਮ੍ਰਿਤਪਾਲ ਦੇ ਹੱਕ ਵਿੱਚ ਇੱਕ ਰੋਸ ਮਾਰਚ ਸ਼ੁਰੂ ਹੋਣਾ ਸੀ, ਉਦੋਂ ਪਹਿਲਾਂ ਪਰਿਵਾਰ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਉਹਨੂੰ ਗ੍ਰਿਫਤਾਰ ਕੀਤਾ। ਇਹਦਾ ਕਹਿਣ ਦਾ ਭਾਵ ਇਹ ਹੈ, ਇੱਕ ਨਾਲ ਹੀ ਇਹ ਕਹਿਤਾ, ਕਹਿੰਦਾ ਜੀ 4 ਗ੍ਰਾਮ ਕਿੰਨਾ ਕੁ ਨਸ਼ਾ ਹੁੰਦਾ, ਪੁੱਛ ਕੇ ਦੇਖੋ ਵੀ 4 ਗ੍ਰਾਮ ਨਸ਼ਾ ਡਰੱਗ ਕਿੰਨੀ ਕੁ ਹੁੰਦੀ ਹੈ? ਇੱਕੋ ਵਕਤ ਇੱਕ ਟਾਈਮ 4 ਗ੍ਰਾਮ ਡਰੱਗ ਦਾ ਕੋਈ ਨਸ਼ਾ ਕਰਦਾ? ਜੇ ਕੋਈ ਕਰਦਾ ਉਹ ਨਸ਼ੇ ਦਾ ਕਿੱਡਾ ਵੱਡਾ ਆਦੀ ਹੋਊਗਾ? ਇੱਕ ਹੋਰ ਗੱਲ, ਕੁਝ ਸੱਜਣ ਇਹ ਕਹਿੰਦੇ ਆ ਕਿ ਇਹ ਜਿਹੜਾ ਗ੍ਰਿਫਤਾਰੀ ਹੋਈ ਹੈ ਇਹ ਪੁਲਿਸ ਨੇ ਜਿਹੜੇ ਕਿ ਫੇਕ ਹੈ ਜਾਂ ਕਹਿ ਲਈਏ ਕਿ ਝੂਠਾ ਪਰਚਾ, ਉਹਦੇ ਕੋਲ ਕੋਈ ਬਰਾਮਦੀ ਨਹੀਂ ਹੋਈ, ਅਤੇ ਇਹ 4 ਗ੍ਰਾਮ ਨਸ਼ਾ ਡਰੱਗ ਕੁਛ ਨਹੀਂ ਹੁੰਦਾ। ਜੇ ਪੁਲਿਸ ਨੇ
ਧੋਖਾ ਕਰਨਾ ਹੁੰਦਾ, ਗਲਤ ਪਰਚਾ ਪਾਉਣਾ ਹੁੰਦਾ, ਫਿਰ 4 ਗ੍ਰਾਮ ਦੀ ਥਾਂ 40 ਗ੍ਰਾਮ ਵੀ ਹੋ ਸਕਦਾ ਸੀ, 1/2 ਕਿਲੋ ਵੀ ਹੋ ਸਕਦਾ ਸੀ। ਜਿਵੇਂ ਫਿਲਮਾਂ ਦੇ ਵਿੱਚ ਉਹ ਲੂਣ ਦੀਆਂ ਥੈਲੀਆਂ ਦਿਖਾ ਕੇ, ਨਮਕ ਦੀਆਂ ਥੈਲੀਆਂ ਦਿਖਾ ਕੇ ਪੁਲਿਸ ਜਿੱਦਾਂ ਉਹ ਸ਼ੂਟ ਕੀਤਾ ਜਾਂਦਾ ਅਤੇ ਉਹ ਉੱਦਾਂ ਵੀ ਪੁਲਿਸ ਕਰ ਸਕਦੀ ਹੈ, ਉੱਥੇ ਕੋਈ ਜ਼ਰੂਰੀ ਥੋੜ੍ਹੀ ਹੁੰਦਾ। ਜੇ ਪੁਲਿਸ ਨੇ ਧੱਕਾ ਹੀ ਕਰਨਾ ਹੋਵੇ, ਗਲਤ ਪਰਚਾ ਝੂਠਾ ਪਰਚਾ ਪਾਉਣਾ ਹੋਵੇ, ਫਿਰ 4 ਗ੍ਰਾਮ ਕਿਉਂ ਪਾਉਂਦੀ? ਉਹ 40 ਗ੍ਰਾਮ ਕਰ ਦਿੰਦੀ, ਕਿਲੋ ਕਰ ਦਿੰਦੀ, ਕਿੰਨਾ ਵੀ ਕਰ ਸਕਦੇ ਸੀ ਉਹ, ਉਹਦੇ ਨਾਲ ਕੋਈ ਹੋਰ ਨਸ਼ਾ ਵੀ ਪਾ ਸਕਦੇ ਸੀ। ਅਸੀਂ ਸੱਚਾਈ ਤੋਂ ਮੁਨਕਰ ਕਿਉਂ ਹੁੰਦੇ ਹਾਂ, ਸੱਚ ਤੋਂ ਪਾਸੇ ਕਿਉਂ ਹੁੰਦੇ ਹਾਂ? ਜਦੋਂ ਲੋਕ ਸਭਾ ਦੇ ਵਿੱਚ ਸਹੁੰ ਖਾਧੀ ਹੈ ਸਰਬਜੀਤ ਸਿੰਘ ਖਾਲਸਾ ਨੇ, ਉਦੋਂ ਇਹ ਗੱਲ ਦਾ ਨਿਯਮ ਜਾਂ ਕਹਿ ਲਈਏ ਜਿਹੜੀ ਨਿਯਮ ਦੀ ਪਾਲਣਾ ਕਰਨ ਵਾਸਤੇ ਸਹੁੰ ਖਾਧੀ ਹੈ, ਉਹਦੇ 'ਤੇ ਕੀ ਤੁਸੀਂ ਝੂਠੇ ਨਹੀਂ ਹੋ? ਕੀ ਉਹ 'ਤੇ ਖਰੇ ਉਤਰਦੇ ਹੋ? ਮੈਂ ਕਾਨੂੰਨ ਦੀ ਉਲੰਘਣਾ ਨਹੀਂ ਕਰਾਂਗਾ, ਮੈਂ ਭਾਰਤੀ ਸੰਵਿਧਾਨ ਦੇ ਅੰਡਰ ਚੱਲਾਂਗਾ, ਕੀ ਹੈ ਅੱਜ? ਨਹੀਂ ਜੀ, ਪ੍ਰਸ਼ਾਸਨ ਨੇ ਧੱਕਾ ਕੀਤਾ, ਮੈਡੀਕਲ ਹਜੇ ਜੇ ਹੋਇਆ ਨਹੀਂ, ਜੇ ਹੋ ਗਿਆ ਤਾਂ ਉਹ ਪੋਜ਼ੀਟਿਵ ਨਹੀਂ ਆਉਣਾ, ਨੈਗੇਟਿਵ ਆਊਗਾ। ਇਹ ਗੱਲਾਂ ਕੌਣ ਕਰੇ? ਸਰਬਜੀਤ ਸਿੰਘ ਖਾਲਸਾ। ਮੈਂ ਸ਼ਰੇਆਮ ਕਹਿੰਦਾ ਇਹਦਾ ਵੀ ਡੋਪ ਟੈਸਟ ਹੋਣਾ ਚਾਹੀਦਾ, ਜਦੋਂ ਮੈਡੀਕਲ ਹੋਇਆ ਨਾ ਇਹ ਵੀ ਪੋਜ਼ੀਟਿਵ ਪਾਇਆ ਜਾਊ, ਇਹ ਵੀ ਨਸ਼ਾ ਕਰਦਾ। ਇਹ ਸੱਚਾਈ ਹੈ, ਪਰ ਸਾਡੇ ਲੋਕਾਂ ਨੇ ਪਤਾ ਨਹੀਂ ਕਿਉਂ ਕਸਮ ਖਾਧੀ ਹੋਈ ਹੈ ਕਿ ਅਸੀਂ ਸੱਚ ਦੇ ਨਾਲ ਖੜਨਾ ਨਹੀਂ। ਅਸੀਂ ਝੂਠ ਦਾ ਪਲੰਦਾ ਬਣਾ ਬਣਾ ਕੇ ਇਹਨਾਂ ਲੋਕਾਂ ਨੂੰ ਕਿੱਦਾਂ ਗੰਦਗੀ ਨੂੰ ਪਹਾੜਾਂ 'ਤੇ ਚੜ੍ਹਾਇਆ ਹੋਇਆ। ਮੈਂ ਗੱਲ ਕਹਿਣੀ ਨਹੀਂ ਚਾਹੁੰਦਾ ਸੀ, ਉਹ ਮੌਜੂਦਾ MP ਨੇ, ਇੱਕ ਰਿਸਪੈਕਟ ਹੈ ਉਸ ਬੰਦੇ ਦੀ, ਪਰ ਜਰ ਜਿੰਨੀ ਤੁਹਾਡੀ ਰਿਸਪੈਕਟ ਲੋਕਾਂ ਨੇ ਕੀਤੀ, ਤੁਹਾਨੂੰ ਵੋਟਾਂ ਪਾ ਕੇ ਜਿਤਾਇਆ, ਤੁਸੀਂ ਆਪ ਵੀ ਆਪਣੇ ਆਪ ਨੂੰ ਸਮਝੋ ਵੀ ਅਸੀਂ MP ਹਾਂ, ਸਾਡੇ ਕੋਲ ਅਹੁਦਾ ਕਿਹੜਾ? ਅਸੀਂ ਮੀਡੀਆ ਸਾਹਮਣੇ ਆ ਕੇ ਬੋਲਣ ਲੱਗੇ, ਮਿੰਟ ਲਾਉਂਦੇ ਹਾਂ, ਇਹ ਕਦੋਂ ਅਸੀਂ ਸਮਝਾਂਗੇ? ਮੈਂ ਸ਼ਰੇਆਮ ਕਹਿੰਦਾ, ਜੇ ਉਹ ਸੁਣਦਾ ਹੋਵੇ ਤੱਕ ਵੀਡੀਓ ਜਾਵੇ, ਮਿੱਤਰਾ ਮੈਡੀਕਲ ਤੇਰਾ ਵੀ ਹੋਊਗਾ, ਜੇ ਨਹੀਂ ਯਕੀਨ ਤਾਂ ਫਿਰ ਸਾਹਮਣੇ ਆ, ਫਿਰ ਮੈਡੀਕਲ ਕਰਾ ਕੇ ਦੇਖਦੇ ਹਾਂ, ਨਸ਼ੇੜੀ ਤੂੰ ਵੀ ਨਿਕਲੇਗਾ। ਇਹ ਵੀ ਸੱਚਾਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।